ਤਾਂ ਲੋਕ ਇਹ ਕਹਿ ਰਹੇ ਨੇ ਕਿ ਗੱਲ ਗੱਲ ਤੇ ਇਹ ਪਾਰਟੀ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਦੀ ਸੀ। ਇਹ ਪਾਰਟੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਵੀ ਦੇਸ਼ਾਂ ਵਿੱਚ ਵੀ ਜਿਹੜੇ ਪੰਜਾਬੀਆਂ ਦੇ ਰਿਸ਼ਤੇ ਪੰਜਾਬ ਦੇ ਵਿੱਚ ਬਾਹਰਲੇ ਧੀਆਂ ਲਈ ਲੋਕ ਕਰਦੇ ਸਨ, ਇਸ ਪਾਰਟੀ ਨੇ ਇੰਨਾ ਬਦਨਾਮ ਕੀਤਾ ਕਿ ਉਹ ਲੋਕ ਇਹ ਗੱਲ ਨੂੰ ਸੋਚਣ ਤੇ ਮਜਬੂਰ ਹੋ ਗਏ ਸਨ ਕਿ ਵਾਕਈ ਪੰਜਾਬ ਦਾ ਨੌਜਵਾਨ ਇੰਨਾ ਨਸ਼ੇੜੀ ਆ। ਪਰ ਅੱਜ ਜੋ ਅਸਲੀਅਤ ਆ, ਕੋਰਟ ਨੇ ਸਮਨ ਜਾਰੀ ਕਰਤੇ ਸੁਖਪਾਲ ਖਹਿਰੇ ਨੂੰ, ਚਿੱਟੇ ਦਾ ਸਭ ਤੋਂ ਵੱਡਾ ਤਸਕਰ ਉਹਨੂੰ ਜਿਹੜਾ ਕੋਰਟ ਨੇ ਮੰਨਿਆ ਵਾ, ਉਹਦੀ ਪੇਸ਼ੀ ਕਰਾ ਲਈ ਆ ਤੇ ਇਹ ਤੇ ਸਾਬਤ ਹੋ ਗਿਆ। ਮੈਂ ਜੇਕਰ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਤਾਂ ਤੁਸੀਂ ਇਸ ਨੂੰ ਲਾਈਕ ਕਰ ਸਕਦੇ ਹੋ, ਸ਼ੇਅਰ ਕਰ ਸਕਦੇ ਹੋ ਅਤੇ ਨਵੀਂ ਅਪਡੇਟ ਲਈ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।